ਆਪ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਕਾਦੀਆਂ ਹਲਕੇ ਵਿੱਚ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਦੀਆਂ ਹਲਕੇ ਵਿੱਚ ਕਈ ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਕਾਦੀਆਂ ਹਲਕੇ ਦਾ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ, ਜੋ ਕਿ ਉਹਨਾਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਣ ਵਾਲਾ, ਕਿਉਂਕਿ ਉਹਨਾਂ ਦੇ ਕਈ ਆਗੂ ਅਤੇ ਉਹਨਾਂ ਦੇ ਮੁੱਖ ਮੰਤਰੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਹਨਾਂ ਦਾ ਸਕਾ ਭਰਾ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕਾ ਹੈ। ਅੱਜ ਪਿੰਡ ਪਸਨਾਵਾਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਜਿਹੜਾ ਖੇਡ ਸਟੇਡੀਅਮ ਆ ਉਹਦਾ ਅੱਜ ਅਸੀਂ ਨੀਂਹ ਪੱਥਰ ਰੱਖਿਆ ਵਾ। ਇਹਦੇ ਵਿੱਚ ਇੱਕ ਫੁੱਟਬਾਲ ਦੀ ਗਰਾਊਂਡ, ਇੱਕ ਕਬੱਡੀ ਦੀ ਗਰਾਊਂਡ ਔਰ ਸਾਈਡਾਂ 'ਤੇ ਜਿਹੜਾ ਟਰੈਕ ਔਰ ਉਹਦੇ ਨਾਲ ਬੈਠਣ ਦੀਆਂ ਜਗ੍ਹਾ ਸਾਈਡਾਂ 'ਤੇ ਜਿਹੜੀਆਂ ਵਾ ਉਹ ਕੀਤੀਆਂ ਜਾ ਰਹੀਆਂ ਔਰ 25 ਲੱਖ ਰੁਪਏ ਦੀ ਲਾਗਤ ਨਾਲ ਇਹ ਸਟੇਡੀਅਮ ਜਿਹੜਾ ਵਾ ਬਣ ਕੇ ਤਿਆਰ ਹੋਊਗਾ। ਸੋ ਅਸੀਂ ਤਾਂ ਚਾਹੁੰਦੇ ਹਾਂ, ਪੰਜਾਬ ਸਰਕਾਰ ਚਾਹੁੰਦੀ ਆ, ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਕਿ ਜਿਹੜਾ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਖੇਡਾਂ ਵੱਲ ਜਿਹੜਾ ਵਾ ਪ੍ਰਫੁੱਲਿਤ ਕੀਤਾ ਜਾਵੇ। ਸੋ ਉਹਦੇ ਉਸ ਚੀਜ਼ ਦੀ ਪੂਰਤੀ ਲਈ ਅਸੀਂ ਵੀ ਹਲਕਾ ਕਾਦੀਆਂ ਦੇ ਵਿੱਚ ਯਤਨ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਖੇਡ ਸਟੇਡੀਅਮ ਨੇ ਉਹ ਬਣਾਏ ਜਾਣ। ਕੁਝ ਦਿਨ ਪਹਿਲਾਂ ਅਸੀਂ ਡੇਰੀ ਹਾਲ 'ਚ ਵੀ ਇੱਕ ਮਿੰਨੀ ਸਟੇਡੀਅਮ ਜਿਹੜਾ ਉੱਥੇ ਕੀਤਾ ਸੀਗਾ, ਛੀਂ ਭੱਠੀਆਂ ਪਿੰਡ 'ਚ ਵੀ ਸਟੇਡੀਅਮ ਬਣ ਰਿਹਾ। ਸੋ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੇ ਆ ਸਟੇਡੀਅਮ ਜਿਹੜੇ ਆ ਉਹ ਬਣ, ਤਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਇੱਕ ਚੰਗੀ ਸਿਹਤ ਮਿਲ ਸਕੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਧਾਰੀਵਾਲ ਸ਼ਹਿਰ ਦਾ ਜਿਹੜਾ ਸੀਵਰੇਜ ਆ ਉਹ ਪਾਸ ਹੋ ਚੁੱਕਿਆ ਔਰ ਕਰੀਬ 25 ਕਰੋੜ ਰੁਪਇਆ ਜਿਹੜਾ ਵਾ ਉਹਦੇ ਲਈ ਸੈਂਕਸ਼ਨ ਹੋ ਗਿਆ ਵਾ। ਉਹਦੇ ਟੈਂਡਰ ਜਿਹੜੇ ਆ ਉਹ ਜਿੱਦਾਂ ਚਿਰ ਜ਼ਮੀਨ ਦਾ ਸਿਰਫ ਪੁਜੈਸ਼ਨ ਮਿਲਣ ਵਾਲਾ ਵਾ, ਪੰਚਾਇਤ ਦੀ ਜ਼ਮੀਨ ਦਾ, ਬੀ ਡੀ ਓ ਸਾਹਿਬ ਵੀ ਨਾਲ ਹੀ ਨੇ, ਉਹ ਵੀ ਜਲਦੀ ਪੁਜੈਸ਼ਨ ਜਿਹੜਾ ਵਾ ਮਹਿਕਮਾ ਜਿਹੜਾ ਵਾ ਰੂਰਲ ਡਿਵੈਲਪਮੈਂਟ ਤੋਂ ਜਿਹੜਾ ਵਾ ਉਹਨਾਂ ਨੂੰ ਮਿਲ ਜਾਏਗਾ, ਸ਼ਹਿਰ ਨੂੰ ਕਮੇਟੀ ਨੂੰ ਪੁਜੈਸ਼ਨ ਜਦੋਂ ਮਿਲ ਜਾਏਗਾ ਤਾਂ ਫਿਰ ਟੈਂਡਰ ਲੱਗ ਕੇ ਪੈਸੇ ਪਾਸ ਹੋ ਚੁੱਕੇ ਆ। ਟੈਂਡਰ ਲੱਗ ਕੇ ਜਿਹੜਾ ਵਾ ਕੰਮ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ 1 ਮਹੀਨਾ ਟੈਂਡਰ ਦਾ ਜਿਹੜਾ ਕੰਮ ਆ ਉਹ ਵਿਕਾਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ 'ਤੇ ਉਹ ਸ਼ੁਰੂ ਹੋ ਜਾਏਗਾ ਔਰ ਇਹਦੇ ਨਾਲ ਨਾਲ ਸੀਵਰੇਜ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਵੀ ਜਿਹੜਾ ਵਾ ਉਹ ਵੀ ਪਾਸ ਹੋ ਗਿਆ। ਜਿਹੜਾ ਅੰਮ੍ਰਿਤੂ ਦਾ ਜਿਹੜਾ ਪ੍ਰੋਜੈਕਟ ਆ ਸੈਂਟਰਲ ਗਵਰਨਮੈਂਟ ਦਾ ਉਹ ਪਾਸ ਹੋ ਗਿਆ, ਉਹ ਵੀ ਨੇੜੇ ਭਵਿੱਖ 'ਚ ਉਹਦਾ ਵੀ ਟੈਂਡਰ ਜਿਹੜੇ ਲੱਗ ਕੇ ਕੰਮ ਜਿਹੜਾ ਵਾ ਧਾਰੀਵਾਲ ਸ਼ਹਿਰ 'ਚ ਸ਼ੁਰੂ ਕੀਤਾ ਜਾ। ਵੇਖੋ, ਮਾਨ ਸਾਹਿਬ ਨੇ ਪੂਰੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ, ਸਾਡੇ ਪਾਣੀਆਂ ਦੀ, ਸਾਡੀਆਂ ਜੋ ਵੀ ਹੱਕੀ ਮੰਗਾਂ ਸੀ ਉਹਨਾਂ ਦੀ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਹੋਮ ਮਿਨਿਸਟਰ ਸਾਹਿਬ ਨਾਲ, ਫਿਰ ਚਾਹੇ ਉਹ BBMB ਦੇ ਵਿੱਚ ਜਿਹੜੀ ਪੰਜਾਬ ਦੀ ਮੈਂਬਰਸ਼ਿਪ ਸੀ ਉਹਦੀ ਗੱਲ ਕੀਤੀ ਆ। ਔਰ ਕਿਉਂਕਿ ਜਦੋਂ ਹੜ੍ਹ ਆਏ ਆ ਸਾਨੂੰ ਫਿਰ ਉਹਦਾ ਇੰਪੋਰਟੈਂਸ ਪਤਾ ਲੱਗਾ ਕਿ ਉਸ ਜਗ੍ਹਾ 'ਚ ਪੰਜਾਬ ਦੀ ਮੈਂਬਰੀ ਜਿਹੜੀ ਆ ਉਹ ਕਿੱਡੀ ਜ਼ਰੂਰੀ ਆ। ਸੋ ਇਸ ਕਰਕੇ ਬੜੀ ਬੁਲੰਦ ਆਵਾਜ਼ 'ਚ ਉਹਨਾਂ ਪੰਜਾਬ ਦੇ ਮੁੱਦੇ ਜਿਹੜੇ ਆ ਹੋਮ ਮਿਨਿਸਟਰ ਸਾਹਿਬ ਦੇ ਅੱਗੇ ਰੱਖੇ ਆ ਔਰ ਅਸੀਂ ਆਸ ਰੱਖਦੇ ਹਾਂ ਕਿ ਹੋਮ ਮਿਨਿਸਟਰ ਸਾਹਿਬ ਵੀ ਇਹਦੇ 'ਤੇ ਸੰਜੀਦਗੀ ਨਾਲ ਜਿਹੜਾ ਵਾ ਉਹ ਐਕਸ਼ਨ ਲੈਣ। ਵੇਖੋ, ਇਹ ਮਾਨ ਸਾਹਿਬ ਦਾ ਵਾਅਦਾ ਸੀ ਕਿ ਮੇਰਾ ਜਦੋਂ ਪੈੱਨ ਹਰਾ ਪੈੱਨ ਚੱਲੂਗਾ ਇਹ ਪੰਜਾਬ ਦੇ ਨੌਜਵਾਨਾਂ ਦੀ ਨੂੰ ਨੌਕਰੀਆਂ ਦੇਣ ਲਈ ਚੱਲੂਗਾ ਔਰ ਉਹ ਆਪਣਾ ਜਿਹੜਾ ਵਾਅਦਾ ਵਾ ਉਹ ਪੰਜਾਬ ਦੇ ਲੋਕਾਂ ਨਾਲ ਔਰ ਖਾਸ ਕਰਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪੁਗਾ ਰਿਹਾ। ਕਰੀਬ 40,000 ਨੌਕਰੀਆਂ ਜਿਹੜੀਆਂ ਵਾ ਉਹ ਪੰਜਾਬ ਸਰਕਾਰ ਵੱਲੋਂ ਔਨ ਮੈਰਿਟ ਬਿਨਾਂ ਸਿਫਾਰਿਸ਼ ਦੇ ਬਿਨਾਂ ਕਿਸੇ ਪੱਖਪਾਤ ਦੇ ਉਹ ਦਿੱਤੀਆਂ ਗਈਆਂ ਵਾ, ਜਿਹਦੇ ਵਿੱਚ ਪੰਜਾਬ ਦੇ ਨੌਜਵਾਨਾਂ 'ਚ ਬੜਾ ਉਤਸ਼ਾਹ ਆ ਰਿਹਾ ਵਾ ਕਿ ਸਾਡੀ ਵੀ ਜਿਹੜੀ ਆਵਾਜ਼ ਆ ਉਹ ਸੁਣੀ ਜਾਊਗੀ, ਸਾਨੂੰ ਵੀ ਨੌਕਰੀਆਂ ਮਿਲਣਗੀਆਂ ਔਰ ਅਸੀਂ ਗਾਂਹ ਆਪਣਾ ਪਰਿਵਾਰ ਵਧੀਆ ਢੰਗ ਨਾਲ ਚਲਾ। ਵੇਖੋ, ਜਿਹੜੇ ਨੇਤਾ ਵਿਰੋਧੀ ਧਿਰ ਨੇ ਜੀ, ਉਹਨਾਂ ਦਾ ਸੁਪਨਾ ਇੱਕੋ ਹੀ ਸੁਪਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਵਾ। ਪਿਛਲੇ 25 ਸਾਲ ਤੋਂ ਆ ਸਾਡੇ ਕਾਦੀਆਂ ਹਲਕੇ ਦੇ, ਕਾਨੂੰਨ ਹਲਕੇ ਦੇ ਲੋਕ ਬੜਾ ਜਾਣਦੇ, ਹਰ ਸਟੇਜ ਤੋਂ ਹੀ ਉਹ ਇਹੋ ਗੱਲ ਕਹਿੰਦੇ ਆ ਮੈਂ ਆਉਣ ਵਾਲਾ ਮੁੱਖ ਮੰਤਰੀ ਹਾਂ ਜੀ। ਉਹ ਪਰ ਜਦੋਂ ਉਹਨਾਂ ਦਾ ਸੁਪਨੇ ਦੀ ਜਿਹੜੀ ਪੂਰਤੀ ਹੋਣ ਦੀ ਆਸ ਵੀ ਖਤਮ ਹੋ ਗਈ ਆ ਇਸ ਵੇਲੇ, ਸੋ ਇਸ ਕਰਕੇ ਉਹ ਕਦੀ ਕੋਈ ਗੱਲਾਂ ਕਰ ਲੈਂਦੇ ਆ, ਕਦੀ ਕੋਈ ਗੱਲਾਂ ਕਰ ਲੈਂਦੇ ਆ, ਕਦੀ ਉਹਨਾਂ ਕਹਿਤਾ ਜੀ ਮੇਰੇ ਨਾਲ 32 MLA ਆਪਦੇ ਟੱਚ ਆ, ਕਦੀ ਕਹਿ ਦਿੰਦੇ 52 ਟੱਚ ਆ। ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਹਾਡਾ ਭਰਾ ਜਿਹੜਾ ਵਾ ਉਹ ਤੁਹਾਡੇ ਟੱਚ 'ਚ ਆ ਕਿ ਨਹੀਂ,
मेनू तो जापदा उन्होंने ना भाजपा च कि छाल मार ली हो अद्धी इन्हों की कैबिनेट जी भाजपा च चली गई है इन्हों का मुख्य मंत्री भाजपा च चला गया इन्हों का खजाना मंत्री भाजपा च चला गया अद्धी इन्हों की कैबिनेट चली गई है सो यह अपना घर सामभण सानू अपने साडे घर की मान साहब की अगवाई दे विच बड़े वधिया ढंग नाल सरकार चल रही है जिथे पंजाब का हर वर्ग खुश है उत्थे साडे जिहड़े MLA आ ओह भी बड़े मेहनत नाल लगन नाल काम कर रहे और असी एक टीम बन के जिहड़ा वा वधिया ढंग नाल पंजाब नू अगे लैके जाया जा रहा है देखो जो क्योंकि उन्होंने रिसेप्शन करनी ने गांह जो इतने चंडीगढ़ होगी अभी भी भंगड़ा पा लांगे सानू भी बथेरा चा वा साडा भरा वा जी जी और बड़ा मैं शुभकामनावां भी दिना वा कि गृहस्थी जीवन उन्हें शुरू किया परमात्मा कृपा करे उन्हों का जो गृहस्थी जीवन आ गांह वधिया होवे थैंक यू।